ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜੀਪੀਐਸ ਸਟੇਬਲੀ ਐਡਮਿਨ ਪੋਰਟਲ ਤੇ ਆਪਣੇ ਕੈਮਰੇ ਦੇ ਫੰਕਸ਼ਨਸ ਨੂੰ ਕਿਵੇਂ ਵਰਤਣਾ ਹੈ ਇੱਕ ਵਾਰ ਜਦੋਂ ਤੁਸੀਂ ਆਪਣੇ 올 ਯੂਨਿਟਸ ਪੇਜ ਵਿੱਚ ਜਾਂਦੇ ਹੋ ਤੇ ਜਦੋਂ ਤੁਸੀਂ ਨਕਸ਼ੇ ਦੇ ਹੇਠਾਂ ਸਕਰੋਲ ਕਰਦੇ ਹੋ ਤਾਂ ਤੁਸੀਂ ਆਪਣੇ ਕੈਮਰੇ ਨੂੰ ਤੇਜ਼ੀ ਨਾਲ ਫਿਲਟਰ ਕਰ ਸਕਦੇ ਹੋ ਇੱਕ ਵਾਰ ਜਦੋਂ ਤੁਸੀਂ ਅਜਿਹਾ ਕਰ ਲੈਂਦੇ ਹੋ ਤਾਂ ਉਹ ਕੈਮਰਾ ਚੁਣੋ ਜੋ ਤੁਸੀਂ ਦੇਖਣਾ ਚਾਹੁੰਦੇ ਹੋ ਇਹ ਤੁਹਾਨੂੰ ਦੁਬਾਰਾ ਇੱਕ ਖਾਸ ਕੈਮਰਾ ਯੂਨਿਟ ਵਿੱਚ ਲਿਆਏਗਾ ਜਿਵੇਂ ਕੀ ਤੁਹਾਡੇ ਈਐਲਡੀ ਦੀ ਤਰ੍ਹਾਂ ਤੁਹਾਡੇ ਕੋਲ ਉੱਪਰ ਇੱਕ ਕੈਲੰਡਰ ਹੈ ਅਤੇ ਇਹ ਠਾਦੇ ਤੇ ਨਕਸ਼ੇ ਤੇ ਉਸ ਕੈਮਰੇ ਨੂੰ ਹਿਸਟਰੀ ਟ੍ਰੇਲ ਲਈ ਸોર્ટ ਕੀਤਾ ਜਾ ਸਕਦਾ ਹੈ ਇੱਕ ਵਾਰ ਵਿੱਚ ਹਰ ਥਾਂ ਦਿਖਾਵੇਗਾ ਜੋ ਸੀ ਹੁਣ ਲਈ ਪਿਛਲੇ 24 ਘੰਟੇ ਵਿੱਚ ਸੈੱਟ ਕੀਤਾ ਹੈ ਜਿਵੇਂ ਤੁਸੀਂ ਇਹ ਟਸਕ੍ਰੋਲ ਕਰਦੇ ਰਹਿੰਦੇ ਹੋ ਤਾਂ ਤੁਹਾਨੂੰ ਆਖਰੀ ਪਿੰਕ ਕਿਤੇ ਸਥਾਨ ਅਤੇ ਮਿਤੀ ਅਤੇ ਸਮਾਂ ਸਟੈਂਪ ਦਿਖੇਗਾ ਤੁਸੀਂ ਇਸ ਹਰੇ ਆਨਲਾਈਨ ਆਈਕਨ ਨੂੰ ਵੀ ਦੇਖੋਗੇ ਸਾਡੇ ਕੋਲ ਸਾਡੇ ਕੈਮਰੇ ਦੇ ਤਿੰਨ ਪੜਾਹ ਹਨ ਆਨਲਾਈਨ ਸਟੈਂਡ ਬਾਈ ਮੋਡ ਅਤੇ ਆਫਲਾਈਨ ਤੁਸੀਂ ਚਾਹੋਗੇ ਕਿ ਤੁਹਾਡਾ ਕੈਮਰਾ ਹਮੇਸ਼ਾ ਆਨਲਾਈਨ ਮੋਡ ਸਟੈਂਡ ਬਾਈ ਮੋਡ ਤੇ ਰਹੇ ਜਾ ਜੋ ਤੁਸੀਂ ਯੂਨਿਟ ਤੇ ਹੀ ਫੁਟੇਜ ਪ੍ਰਾਪਤ ਕਰ ਸਕੋ ਕੈਮਰੇ ਨੂੰ ਇੰਸਟਾਲ ਕਰਦੇ ਸਮੇਂ ਇਸ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਇਸ ਨੂੰ ਇੱਕ ਕਨਸਟੈਂਟ ਪਾਵਰ ਸੋਰਸ ਵਿੱਚ ਇੰਸਟਾਲ ਕਰੋ ਇਸ ਤਰ੍ਹਾਂ ਜਦੋਂ ਕੈਮਰਾ ਸਲੀਪ ਮੋਡ ਵਿੱਚ ਹੋ ਜਾਂਦਾ ਹੈ ਤਾਂ ਉਹ ਸਟੈਂਡ ਬਾਈ ਵਿੱਚ ਹੀ ਹੋਵੇਗਾ ਅਤੇ ਤੁਸੀਂ ਅਜੇ ਵੀ ਇਸ ਕੈਮਰੇ ਤੱਕ ਪਹੁੰਚ ਕਰ ਸਕਦੇ ਹੋ ਜੇਕਰ ਤੁਹਾਡਾ ਕੈਮਰਾ ਆਫਲਾਈਨ ਮੋਡ ਵਿੱਚ ਹੈ ਤਾਂ ਤੁਸੀਂ ਯੂਨਿਟ ਤੋਂ ਬਾਹਰ ਵੀਡੀਓ ਫੁਟੇਜ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ ਜਦੋਂ ਤੁਸੀਂ ਇਹ ਟਾਸਕ ਸਕਰੋਲ ਕਰਨਾ ਜਾਰੀ ਰੱਖਦੇ ਹੋ ਤਾਂ ਤੁਸੀਂ ਆਪਣੇ ਕੈਮਰੇ ਨੂੰ ਦੇਖਣ ਲਈ ਲਾਈਵ 뷰 ਵਿਕਲਪ ਦੀ ਵਰਤੋਂ ਕਰਨ ਦੇ ਯੋਗ ਹੋਵੋਗੇ ਜਦੋਂ ਤੱਕ ਇਹ ਆਨਲਾਈਨ ਮੋਡ ਵਿੱਚ ਹੈ ਧਿਆਨ ਵਿੱਚ ਰੱਖੋ ਕਿ ਅਸੀਂ ਆਪਣੇ ਗਾਹਕਾਂ ਨੂੰ ਲਾਈਵ 뷰 ਸਟ੍ਰੀਮਿੰਗ ਲਈ ਹਰ ਮਹੀਨੇ 45 ਮਿੰਟ ਦਿੰਦੇ ਹਾਂ ਬਟਨ ਦਬਾਉਣ ਤੋਂ ਬਾਅਦ 30 ਸਕਿੰਟ ਬੀਤ ਜਾਣਗੇ ਤੇ ਤੁਹਾਨੂੰ ਪੁੱਛਿਆ ਜਾਣਗੇ ਕਿ ਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ ਅਸੀਂ ਲਾਈਵ ਵੀਊ ਸਟ੍ਰੀਮਿੰਗ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕਰਦੇ ਹਾਂ ਜਦੋਂ ਅਤੇ ਜੇਕਰ ਤੁਹਾਨੂੰ ਲੋਡ ਹੋਵੇ ਇਹ ਯਕੀਨੀ ਬਣਾਉਣ ਲਈ ਕਿ ਇਹ ਸਹੀ ਥਾਂ ਤੇ ਹੈ ਕਿਸੇ ਡਰਾਈਵਰ ਦੀ ਚਾਰਜ ਕਰਨ ਲਈ ਲੋਡਿੰਗ ਡੌਕ ਨੂੰ ਦੇਖਣ ਜਾਂ ਚੁੱਕਣ ਤੇ ਛੱਡਣ ਦੀ ਸਥਿਤੀ ਨੂੰ ਦੇਖਣ ਲਈ ਜੇਕਰ ਤੁਹਾਡਾ ਡਰਾਈਵਰ ਮੌਸਮ ਸੰਬੰਧੀ ਸਥਿਤੀਆਂ ਨਾਲ ਕਾਲ ਕਰਦਾ ਹੈ ਤਾਂ ਤੁਸੀਂ ਉਸ ਨੂੰ ਤੁਹਾਡੇ ਬੈਕਐਂਡ ਪੋਰਟਲ ਤੋਂ ਦੇਖ ਸਕਦੇ ਹੋ ਤੁਹਾਡੇ ਲਾਈਵ ਦ੍ਰਿਸ਼ਤੇ ਹੇਠਾਂ ਤੁਸੀਂ ਇਸ ਦਿਨ ਦੀਆਂ ਸਾਰੀ ਵੀਡੀਓ ਰਿਕਾਰਡਿੰਗ ਦੇਖ ਸਕਦੇ ਹੋ ਇਸ ਵਿੱਚ ਕੋਈ ਵੀ ਟ੍ਰਿਗਰ ਕੀਤੇ ਇਵੈਂਟ ਦੇ ਨਾਲ-ਨਾਲ ਕੋਈ ਵੀ ਫੁਟੇਜ ਸ਼ਾਮਿਲ ਹੋਵੇਗੀ ਜਿਸ ਨੂੰ ਤੁਹਾਨੂੰ ਆਪਣੇ ਆਪ ਖਿੱਚਣ ਦੀ ਲੋੜ ਹੈ ਇਸ ਲਈ ਤੁਸੀਂ ਕੀ ਕਰੋਗੇ ਵਿਊ ਤੇ ਕਲਿੱਕ ਕਰੋ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਤੁਸੀਂ ਇੱਥੇ ਟੋਗਲ ਬਾਰ ਨੂੰ ਦੇਖਣ ਤੇ ਲਗਭਗ 30 ਸਕਿੰਟਾਂ ਲਈ ਸੈੱਟ ਕਰਨ ਲਈ ਵਰਤੋ ਕਿਉਂਕਿ ਤੁਸੀਂ ਤੇਜ਼ੀ ਨਾਲ ਰਿਕਾਰਡਿੰਗ ਨੂੰ ਦੇਖਣ ਦੇ ਯੋਗ ਹੋਵੋਗੇ ਇੱਕ ਵਾਰ ਜਦੋਂ ਤੁਸੀਂ ਆਪਣੀ ਸਮਾਂ ਸੀਮਾ ਚੁਣ ਲੈਂਦੇ ਹੋ ਤਾਂ ਤੁਸੀਂ ਚੁਣੀ ਹੋਈ ਰਿਕਾਰਡਿੰਗ ਨੂੰ ਦੇਖਣ ਦੇ ਯੋਗ ਹੋ ਜਾਂਦੇ ਹੋ ਯਾਦ ਰੱਖੋ ਕਿ ਇਹ ਤੁਹਾਨੂੰ ਇਸ ਰਿਕਾਰਡਿੰਗ ਤੇ ਇੱਕ ਮਿਤੀ ਸਮਾਂ ਦੇ ਨਾਲ ਨਾਲ ਲੋਕੇਸ਼ਨ ਸਟੈਂਪ ਵੀ ਦੇਗਾ ਤੁਹਾਡੇ ਕੋਲ ਆਮ ਕੁਆਲਿਟੀ ਆਮ ਨਾਰਮਲ ਕੁਆਲਿਟੀ ਵੀਡੀਓ ਤੇ ਹਾਈ ਕੁਆਲਿਟੀ ਵਾਲੇ ਵੀਡੀਓ ਦੇ ਦੋ ਵਿਕਲਪ ਹਨ ਅਸੀਂ ਤੁਹਾਨੂੰ ਨਾਰਮਲ ਕੁਆਲਿਟੀ ਵੀਡੀਓ ਵਾਲੇ ਵੀਡੀਓ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ ਜਦੋਂ ਤੱਕ ਘਟਨਾ ਰਾਤ ਨੂੰ ਜਾਂ ਖਰਾਬ ਮੌਸਮ ਦੇ ਹਰਾਤਾਂ ਵਿੱਚ ਨਹੀਂ ਹੋ ਰਹੀ ਇਸ ਨਾਲ ਤੁਹਾਡੇ ਡਾਟਾ ਦੀ ਵਰਤੋਂ ਪ੍ਰਤੀ ਮਹੀਨਾ ਘੱਟ ਰਹੇਗੀ ਵੀਡੀਓ ਦੇਖਣ ਤੋਂ ਇਲਾਵਾ ਤੁਸੀਂ ਆਪਣੇ ਐਡਮਿਨ ਪੋਰਟਲ ਤੋਂ ਵੀਡੀਓ ਨੂੰ ਸਿੱਧਾ ਡਾਊਨਲੋਡ ਕਰਨ ਦੇ ਯੋਗ ਵੀ ਹੋ ਕਿਸੇ ਖਾਸ ਮਿਤੀ ਤੋਂ ਤੁਸੀਂ ਲੋੜਿੰਦਾ ਸਮਾਂ ਚੁਣੋ ਤੁਸੀਂ ਆਪਣੀ ਵੀਡੀਓ ਦੀ ਕੁਆਲਿਟੀ ਦੀ ਚੋਣ ਕਰ ਸਕਦੇ ਹੋ ਅਤੇ ਤੁਸੀਂ ਇਹ ਚੁਣ ਸਕਦੇ ਹੋ ਕਿ ਇਸ ਸਮੇਂ ਦੀ ਘਟਨਾ ਤੋਂ ਕਿੰਨੇ ਸਕਿੰਟ ਪਹਿਲਾਂ ਅਤੇ ਕਿੰਨੇ ਸਕਿੰਟ ਬਾਅਦ ਤੁਸੀਂ ਵੀਡੀਓ ਡਾਊਨਲੋਡ ਕਰਨਾ ਚਾਹੁੰਦੇ ਹੋ ਧਿਆਨ ਵਿੱਚ ਰੱਖੋ ਕਿ ਤੁਸੀਂ ਡਾਟਾ ਦੇ ਖਾਫਤ ਦੇ ਉਦੇਸ਼ਾਂ ਲਈ ਆਪਣੇ ਵੀਡੀਓ ਫਾਈਲਾਂ ਨੂੰ ਤੇਜ਼ੀ ਨਾਲ ਮੁੜ ਪ੍ਰਾਪਤ ਕਰਨ ਲਈ ਆਪਣੀ ਵੀਡੀਓ ਡਾਊਨਲੋਡਸ ਨੂੰ 2 ਮਿੰਟ ਵਿੱਚ ਰੱਖਣਾ ਚਾਹੁੰਦੇ ਹੋ ਜੇਕਰ ਤੁਹਾਨੂੰ ਆਪਣੇ ਵੀਡੀਓ ਫੁਟੇਜ ਨੂੰ ਮੁੜ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ ਆ ਰਹੀਆਂ ਹਨ ਤਾਂ ਕਿਰਪਾ ਕਰਕੇ ਉਸ ਸਮੇਂ ਅਤੇ ਮਿਤੀ ਦੇ ਦੋ ਵਾਰ ਜਾਂਚ ਕਰੋ ਜਿਸ ਨੂੰ ਤੁਹਾਨੂੰ ਫੁਟੇਜ ਮੁੜ ਪ੍ਰਾਪਤ ਕਰਨ ਦੀ ਲੋੜ ਹੈ ਜੇਕਰ ਤੁਹਾਨੂੰ ਅਜੇ ਵੀ ਸਮੱਸਿਆ ਆ ਰਹੀ ਹੈ ਤਾਂ ਕਿਰਪਾ ਕਰਕੇ ਸਾਡੀ ਗਾਹਕੀ ਸੇਵਾ ਲਾਈਨ ਨਾਲ ਸੰਪਰਕ ਕਰੋ ਅਤੇ ਉਹ ਤੁਹਾਡੇ ਵੀਡੀਓ ਨੂੰ ਡਾਊਨਲੋਡ ਕਰਨ ਅਤੇ ਦੇਖਭਾਲ ਵਿੱਚ ਤੁਹਾਡੀ ਮਦਦ ਕਰਨ ਦੇ ਯੋਗ ਹੋਣਗੇ ਧੰਨਵਾਦ